ਸਭ ਦੇ ਵਿੱਚ ਰੱਬ ਵੱਸਦਾ ਹੈ। ਕਿਹਦੇ ਵਿੱਚ ਵੱਸਦਾ? ਸਭ ਦੇ ਵਿੱਚ। ਰੱਬ ਕਿੱਥੇ ਵੱਸਦਾ ਦੱਸੋ? ਉੱਤੇ ਵੱਸਦਾ। ਰੱਬ ਕਿੱਥੇ ਹੈ? ਹੈਵਨਸ ਵਿੱਚ ਹੈ, ਸਵਰਗਾਂ ਵਿੱਚ ਹੈ। ਰੱਬ ਸਾਡੇ ਸਾਰਿਆਂ ਵਿੱਚ ਹੈ। ਕਿਹਦੇ ਵਿੱਚ ਹੈ? ਸਭ ਦੇ ਵਿੱਚ। ਧਿਆਨ ਰੱਖਣਾ, ਵੈਨ ਐਵਰ ਯੂ ਹੈਵ ਟੂ ਮੈਡੀਟੇਟ, ਧਿਆਨ ਰੱਖਣਾ, ਜਦੋਂ ਵੀ ਤੁਸੀਂ ਰੱਬ ਦੀ ਮੈਡੀਟੇਸ਼ਨ ਕਰਨੀ ਹੈ, ਆਪਣੇ ਅੰਦਰ ਬੈਠੇ ਰੱਬ ਦੀ ਕਰਨੀ ਹੈ। ਕਿਹਦੀ ਕਰਨੀ ਹੈ? ਦ ਗਾਡ ਹੂ ਇਜ਼ ਦੇਅਰ ਵਿਦ ਇਨ ਯੂ, ਵਿਦ ਇਨ ਈਚ ਵਨ ਆਫ ਅਸ। ਧਿਆਨ ਰੱਖਣਾ, ਜਿਹੜਾ ਰੱਬ ਸਾਡੇ ਸਾਰਿਆਂ ਵਿੱਚ ਹੈ, ਅਸੀਂ ਉਸ ਰੱਬ ਨੂੰ ਧਿਆਉਣਾ ਹੈ। ਅਤੇ ਤੁਸੀਂ ਸਭ ਨੇ ਰੱਬ ਦੀ ਮੂਰਤ ਹੋਣਾ। ਕੀ ਹੋਣਾ? ਰੱਬ ਦੀ ਮੂਰਤ। ਇੱਕ ਭੈਣ ਹੋਵੇ ਤਾਂ ਰੱਬ ਵਰਗੀ ਹੋਵੇ। ਕਿਵੇਂ ਹੋਵੇ? ਰੱਬ ਵਰਗੀ। ਇੱਕ ਭਾਈ ਹੋਵੇ ਤਾਂ ਰੱਬ ਵਰਗਾ ਹੋਵੇ। ਜੇ ਦੋਸਤ ਹੋਵੇ ਤਾਂ ਰੱਬ ਵਰਗਾ ਹੋਵੇ। ਜੇ ਮਾਂ ਹੋਵੇ ਤਾਂ ਰੱਬ ਵਰਗੀ ਹੋਵੇ। ਜੇ ਪਿਤਾ ਹੋਵੇ ਤਾਂ ਰੱਬ ਵਰਗਾ ਹੋਵੇ। ਕਿਵੇਂ ਹੋਏਗਾ? ਉਹਦੀ ਸਾਰੀ ਟੀਚਿੰਗਸ ਮਹਾਰਾਜ ਨੇ ਇਸ ਬਾਣੀ ਵਿੱਚ ਲਿਖੀ। ਧਿਆਨ ਰੱਖ ਕਿ ਹਾਊ ਅ ਹਿਊਮਨ ਕੈਨ ਬਿਕਮ ਗਾਡ। ਧਿਆਨ ਰੱਖਣਾ, ਐਵਰੀ ਹਿਊਮਨ ਸ਼ੁੱਡ ਬੀ ਗਾਡ, ਐਵਰੀ ਹਿਊਮਨ। ਧਿਆਨ ਰੱਖਣਾ, ਹਰ ਬੰਦੇ ਨੂੰ ਜਨਮ ਇਸ ਵਾਸਤੇ ਮਿਲਿਆ ਹੈ ਕਿ ਆਪਾਂ ਰੱਬ ਵਰਗੇ ਹੋ ਜਾਈਏ। ਕਿਹਦੇ ਵਰਗੇ ਹੋ ਜਾਈਏ? ਰੱਬ ਵਰਗੇ ਹੋ ਜਾਈਏ। 84 ਲੱਖ ਜੋਨ ਪਾਈ ਮਾਨਕ ਕੋ ਪ੍ਰਭ ਦੀ ਵਡਿਆਈ, ਇਸ ਪੌੜੀ 'ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏ। ਇਹ ਜਿਹੜੀ ਟੀਚਿੰਗਸ ਹੈ ਕਿ ਹਰ ਬੱਚਾ ਸ਼ੁੱਡ ਬੀ ਗਾਡਲੀ, ਐਵਰੀ ਚਾਈਲਡ ਸ਼ੁੱਡ ਬੀ ਗਾਡਲੀ। ਹਾਊ ਯੂ ਕੈਨ ਬਿਕਮ ਗਾਡਲੀ? ਧਿਆਨ ਰੱਖਿਓ, ਤੁਹਾਡੇ ਵਿੱਚ ਰੱਬ ਵੱਸਦਾ। ਤੁਹਾਡੇ ਮਾਇੰਡ ਨੂੰ, ਯੂ ਨੋ ਵਾਟ ਮਾਇੰਡ ਹੈਜ਼ ਟੂ ਬੀ ਟਾਟ, ਜਿਹੜਾ ਤੁਹਾਡਾ ਮਨ ਹੈ ਉਹਨੂੰ ਕੀ ਪੜ੍ਹਾਉਣਾ ਚਾਹੀਦਾ ਹੈ, ਕੀ ਉਹਨੂੰ ਸਿਖਾਉਣਾ ਚਾਹੀਦਾ? ਮਨ ਨੂੰ ਕੇਵਲ ਇਹ ਸਿਖਾਉਣਾ ਚਾਹੀਦਾ ਹੈ ਕਿ ਰੱਬ ਤੁਹਾਡੇ ਵਿੱਚ ਕਿਵੇਂ ਨਿਰਾਕਾਰ ਸਰੂਪ ਵਿੱਚ ਹੈ। ਹੀ ਇਜ਼ ਫਾਰਮਲੈਸ ਐਂਡ ਆਲ ਦਿਸ ਫਾਰਮਸ ਬਿਲੋਂਗਸ ਟੂ ਦੈਟ ਫਾਰਮਲੈਸ ਗਾਡ। ਧਿਆਨ ਰੱਖਣਾ, ਆ ਜਿਹੜਾ ਤੁਹਾਡਾ ਫਾਰਮ ਦਿਖ ਰਿਹਾ ਨਾ ਬੋਡੀ ਦਾ, ਤੁਸੀਂ ਦੱਸੋ ਆ ਜਿਹੜਾ ਤੁਹਾਡਾ ਬੋਡੀ ਹੈ, ਜਸਟ ਫੀਲ ਇਟ ਕਿ ਡਿਡ ਯੂ ਕ੍ਰੀਏਟਡ ਐਨੀ ਸਿੰਗਲ ਥਿੰਗ ਵਿਦ ਇਨ ਯੋਰ ਬੋਡੀ? ਡਿਡ ਯੂ ਕ੍ਰੀਏਟਡ? ਤੁਸੀਂ ਆਪਣੀ ਬੋਡੀ ਵਿੱਚ ਕੁਛ ਬਣਾਇਆ? ਤੁਸੀਂ ਬਣਾਇਆ ਕੁਛ? ਤੁਸੀਂ ਹੱਡੀਆਂ ਬਣਾਈਆਂ? ਬਣਾਈਆਂ? ਤੁਸੀਂ ਨਰਵਸ ਸਿਸਟਮ ਤੁਸੀਂ ਕ੍ਰੀਏਟ ਕੀਤਾ? ਤੁਸੀਂ ਆਪਣਾ ਅੰਦਰ ਜਿਹੜਾ ਬਲੱਡ ਸਰਕੂਲੇਟਰੀ ਸਿਸਟਮ ਹੈ ਤੁਸੀਂ ਬਣਾਇਆ? ਕੋਈ ਡਾਈਜੈਸਟਿਵ ਸਿਸਟਮ ਤੁਸੀਂ ਬਣਾਇਆ? ਕੋਈ ਐਨਜ਼ਾਈਮਸ ਕ੍ਰੀਏਟ ਕਰਦੇ ਹੋ? ਕੋਈ ਬਲੱਡ ਤੁਸੀਂ ਇੱਕ ਵੀ ਸੈੱਲ ਬਲੱਡ ਦਾ ਕ੍ਰੀਏਟ ਕੀਤਾ? ਨਥਿੰਗ, ਨਥਿੰਗ ਯੂ ਹੈਵ ਕ੍ਰੀਏਟਿਡ। ਵਾਟ ਆਲ ਹੈਜ਼ ਬੀਨ ਕ੍ਰੀਏਟਿਡ ਇਜ਼ ਬੀਨ ਕ੍ਰੀਏਟਿਡ ਬਾਈ ਗਾਡ ਹੂ ਇਜ਼ ਦੇਅਰ ਵਿਦ ਇਨ ਯੋਰ ਸੈਲਫ। ਜਿਹੜੇ ਰੱਬ ਤੁਹਾਡੇ ਵਿੱਚ ਵਸਦੇ ਨੇ, ਉਹੀ ਰੱਬ ਤੁਹਾਨੂੰ ਇਹ ਫਾਰਮ ਦੇ ਰਹੇ ਨੇ। ਹੀ ਇਜ਼ ਦ ਫਾਰਮਲੈਸ ਆਫ ਯੋਰ ਫਾਰਮ। ਇਹ ਜਿਹੜਾ ਤੁਹਾਡਾ ਆਕਾਰ ਦਿਖ ਰਿਹਾ, ਇਹਦਾ ਹੀ ਨਿਰਾਕਾਰ ਸਰੂਪ ਰੱਬ ਹੈ ਤੁਹਾਡੇ ਵਿੱਚ। ਧਿਆਨ ਰੱਖਣਾ, ਤੋਹੀ ਮੋਹੀ, ਮੋਹੀ ਤੋਹੀ, ਅੰਤਰ ਕੈਸਾ। ਧਿਆਨ ਰੱਖਣਾ, ਤੁਹਾਡਾ ਚਿਹਰਾ ਜਦੋਂ ਤੁਸੀਂ ਆਪਣੇ ਰੱਬ ਨੂੰ ਮੈਡੀਟੇਟ ਕਰਕੇ ਜਦੋਂ ਤੁਸੀਂ ਸਵੇਰੇ ਨਹਾ ਧੋ ਕੇ ਸ਼ੀਸ਼ੇ 'ਚ ਦੇਖੋ ਨਾ, ਤੁਹਾਨੂੰ ਦੇਖਣਾ ਚਾਹੀਦਾ ਕਿ ਇਟਸ ਨਾਟ ਯੂ, ਇਟਸ ਅ ਗਾਡ ਹੂ ਸ਼ੁੱਡ ਬੀ ਸੀਨ ਥਰੂ ਯੂ। ਧਿਆਨ ਰੱਖਣਾ, ਜਦੋਂ ਤੁਸੀਂ ਆਪਣੇ ਚਿਹਰੇ ਨੂੰ ਦੇਖੋ, ਕਹਿੰਦਾ ਮੈਨੂੰ ਰੱਬ ਦਿਖ ਰਿਹਾ। ਕੀ ਦਿਖ ਰਿਹਾ? ਰੱਬ। ਕਹਿ ਦਿਓ ਕਬੀਰ ਮੇਰਾ ਮੁਝ ਮੈਂ, ਬੋਲੋ ਕਬੀਰ ਮੇਰਾ ਮੁਝ ਮੈਂ, ਕਿਛ ਨਹੀਂ ਜੋ ਕਿਛ ਹੈ ਸੋ ਤੇਰਾ,
ਤੇਰਾ ਤੁਝਕੋ ਸੌਂਪ ਤੇ ਕਿਆ ਲਾਗੇ ਮੇਰਾ। ਜਦ ਤੁਹਾਡਾ ਮਾਇੰਡ ਇਸ ਗੱਲ ਨੂੰ ਮਾਇੰਡ ਕਰਨ ਲੱਗ ਜਾਏ, ਯੂ ਨੋ ਵਾਟਸ ਦ ਮਾਇੰਡਸ ਜੋਬ, ਮਾਇੰਡ ਦਾ ਜੋਬ ਹੈ ਮਾਇੰਡ ਕਰਨਾ ਬਸ। ਜਦੋਂ ਮਾਇੰਡ ਰੱਬ ਨੂੰ ਮਾਇੰਡ ਨਹੀਂ ਕਰਦਾ, ਦ ਓਨਲੀ ਥਿੰਗ ਲੈਫਟ ਫੋਰ ਦ ਮਾਇੰਡ ਇਜ਼ ਟੂ ਮਾਇੰਡ ਇਟਸ ਓਨ ਸੈਲਫ, ਉਹ ਆਪਣੇ ਆਪ ਨੂੰ ਮਾਇੰਡ ਕਰਨ ਲੱਗ ਜਾਂਦਾ, ਆਪਣਾ ਮਨ ਮੈਂ ਕਰਨ ਲੱਗ ਜਾਂਦਾ। ਕੀ ਕਰਨ ਲੱਗ ਜਾਂਦਾ? ਦੇਖੋ ਤੁਹਾਡੇ ਮਨ ਨੂੰ ਜੇ ਪਤਾ ਨਾ ਹੋਵੇ ਰੱਬ ਤੁਹਾਡੇ ਵਿੱਚ ਹੈ ਅਤੇ ਰੱਬ ਤੁਹਾਡੇ ਵਿੱਚੋਂ ਸਭ ਕੁਛ ਕਰੇ, ਅਤੇ ਤੁਹਾਡਾ ਮਾਇੰਡ ਕੀ ਮਾਇੰਡ ਕਰੇਗਾ? ਇਹੀ ਕਹੇਗਾ ਨਾ ਮੈਂ ਕੀਤਾ, ਇਹੀ ਕਹੇਗਾ। ਜਦੋਂ ਤੁਸੀਂ ਅੱਛਾ ਪੜ੍ਹਦੇ ਹੋ ਕਹਿਣ ਮੈਂ ਪੜ੍ਹਿਆ ਜੀ, ਜਦੋਂ ਤੁਸੀਂ ਅੱਛਾ ਖੇਡਦੇ ਹੋ ਕਹਿਣ ਮੈਂ ਖੇਡਿਆ ਜੀ, ਸਾਰੇ ਬੋਲਦੇ ਹੋ, ਪਰ ਤੁਸੀਂ ਕਦੇ ਐਂ ਬੋਲੇ ਅੱਛਾ ਪੜ੍ਹ ਕੇ ਕਿ ਰੱਬ ਨੇ ਕਿਰਪਾ ਕੀਤੀ ਜੀ ਤਾਂ ਮੈਂ ਪੜ੍ਹਿਆ, ਕਦੇ ਬੋਲੇ? ਨਹੀਂ ਬੋਲੇ। ਜਦੋਂ ਤੁਸੀਂ ਅੱਛਾ ਖੇਡਦੇ ਹੋ ਕਦੇ ਕਿਹਾ ਕਿਸੇ ਨੂੰ ਕਿ ਰੱਬ ਨੇ ਬੜੀ ਕਿਰਪਾ ਕੀਤੀ ਜੀ ਅੱਛਾ ਖੇਡ ਕੇ ਆਏ ਅਸੀਂ, ਕਦੇ ਬੋਲੇ? ਨਹੀਂ ਬੋਲੇ। ਸੋ ਆਏ ਰੱਬ ਨੂੰ ਯਾਦ ਕਰਨਾ ਸਿੱਖੋ, ਆਏ ਰੱਬ ਨੂੰ ਯਾਦ ਕਰਨਾ ਸਿੱਖੋ। ਇਨ ਡਿਊ ਕੋਰਸ ਜਿਉਂ ਜਿਉਂ ਤੁਸੀਂ ਇਸ ਤਰ੍ਹਾਂ ਬੋਲਣ ਲੱਗ ਜਾਓਗੇ ਤੁਹਾਨੂੰ ਆਪਣੇ ਰੱਬ ਦਾ ਸਰੂਪ ਤੁਹਾਡੇ ਵਿੱਚੋਂ ਰਿਫਲੈਕਟ ਹੋਵੇਗਾ। ਤੁਸੀਂ ਅੱਛੇ ਜਿਤਨੇ ਵੀ ਕਰਮ ਕਰਦੇ ਹੋ, ਵਾਟ ਐਵਰ ਯੂ ਡੂ ਗੁੱਡ, ਯੂ ਆਲ ਸ਼ੁੱਡ ਅੰਡਰਸਟੈਂਡ ਇਟਸ ਬੀਨ ਡਨ ਬਾਈ ਗੋਡ ਥਰੂ ਯੂ। ਧਿਆਨ ਰੱਖਣਾ ਰੱਬ ਤੁਹਾਡੇ ਵਿੱਚੋਂ ਕਰ ਰਹੇ ਨੇ, ਇਸ ਤਰ੍ਹਾਂ ਮਹਿਸੂਸ ਕਰੋ ਜੀ। ਆਰ ਯੂ ਕਲੀਅਰ? ਗੱਲ ਸਮਝ ਆ ਰਹੀ ਹੈ ਕਿ ਜਦੋਂ ਤੁਸੀਂ ਕੋਈ ਵੀ ਬੱਚਾ, ਚਾਹੇ ਛੋਟਾ ਬੱਚਾ ਹੈ ਚਾਹੇ ਵੱਡਾ ਬੱਚਾ ਹੈ, ਇਫ ਯੂ ਆਰ ਡੂਇੰਗ ਗੁੱਡ ਤਾਂ ਇਹ ਖਿਆਲ ਕਰੋ ਕਿ ਰੱਬ ਤੁਹਾਡੇ ਵਿੱਚੋਂ ਕਰ ਰਹੇ ਨੇ। ਨੈਵਰ ਸੇ ਆਈ ਡਿਡ ਇਟ, ਕਦੇ ਨਹੀਂ ਕਹਿਣਾ ਮੈਂ ਕੀਤਾ, ਤੁਸੀਂ ਦੁਖੀ ਹੋਣ ਲੱਗ ਜਾਓਗੇ। ਵੈਨ ਐਵਰ ਯੂ ਡੂ ਗੁੱਡ ਟਰਾਈ ਟੂ ਸੇ ਦਿਸ ਕਿ ਮੇਰੇ ਮਾਲਕ ਦੀ ਬੜੀ ਕਿਰਪਾ ਹੋਈ ਜੀ, ਮੇਰੇ ਮਾਲਕ ਦੀ, ਕਹਿ ਦਿਓ ਮੇਰੇ ਮਾਲਕ ਦੀ ਬੜੀ ਕਿਰਪਾ ਹੋਈ। ਬਸ ਇੰਨੀ ਗੱਲ ਤੁਸੀਂ ਬੋਲਦੇ ਜਾਓ ਜੀਵਨ ਵਿੱਚ। ਕੋਈ ਮੂਰਤੀ ਦੀ ਪੂਜਾ ਨਾ ਕਰਿਓ, ਤੁਹਾਡੀ ਸਵੈਮ ਦੀ ਮੂਰਤੀ ਰੱਬ ਦੀ ਮੂਰਤੀ ਬਣ ਜਾਏ। ਐਸਾ ਗਿਆਨ ਗੁਰੂ ਨਾਨਕ ਦੇ ਘਰ ਵਿੱਚ ਦਿੱਤਾ ਗਿਆ, ਐਸਾ ਗਿਆਨ ਗੁਰੂ ਨਾਨਕ ਦੇ ਇਸ ਘਰ ਵਿੱਚ ਦਿੱਤਾ ਗਿਆ ਜਿੱਥੇ ਸਾਰੇ ਕਈ ਹਿੰਦੂ ਨੇ ਅੰਦਰ ਭਗਤ, ਧਿਆਨ ਰੱਖਣਾ ਕਈ ਹਿੰਦੂਆਂ ਮਹਾਂਪੁਰਸ਼ਾਂ ਦੀ ਬਾਣੀ ਹੈ, ਕਈ ਮੁਸਲਮਾਨ ਮਹਾਂਪੁਰਸ਼ਾਂ ਦੀ ਬਾਣੀ ਹੈ। ਇਸ ਗੁਰੂ ਗ੍ਰੰਥ ਸਾਹਿਬ ਵਿੱਚ 15 ਭਗਤ ਨੇ, ਕਿੰਨੇ ਭਗਤ ਨੇ? ਹਾਊ ਮੈਨੀ ਸੇਂਟਸ? 15। ਹਾਊ ਮੈਨੀ ਸੇਂਟਸ? 15 ਸੇਂਟਸ ਆਫ ਡਿਫਰੈਂਟ ਰਿਲੀਜਨ, ਧਿਆਨ ਰੱਖਣਾ, ਸਪੀਕਿੰਗ ਦ ਸੇਮ ਕੋਨਸੈਪਟ, ਸਟੇਟਿੰਗ ਦ ਸੇਮ ਕੋਨਸੈਪਟ ਅਬਾਊਟ ਗਾਡ ਕਿ ਗਾਡ ਸ਼ੁੱਡ ਬੀ ਸੀਨ ਥਰੂ ਹਿਊਮਨ। ਇਹਨਾਂ ਬੰਦਿਆਂ ਵਿੱਚੋਂ ਰੱਬ ਨੂੰ ਦੇਖਣਾ ਚਾਹੀਦਾ ਹੈ। ਇਹ ਗਿਆਨ ਪ੍ਰਾਪਤ ਕਰੋ, ਇਹ ਗਿਆਨ ਪ੍ਰਾਪਤ ਕਰਨ ਵਾਸਤੇ ਮਹਾਰਾਜ ਨੇ ਸਾਨੂੰ ਕੇਵਲ ਸਿੱਖ ਬਣਾਇਆ। ਕੀ ਬਣਾਇਆ? ਸਿੱਖ ਦਾ ਅਰਥ ਸਿੱਖੋ ਬਸ, ਨਥਿੰਗ ਐਲਸ। ਇਫ ਯੂ ਆਰ ਏ ਸਟੂਡੈਂਟ, ਸਿੱਖ ਮੀਨਸ ਅ ਸਟੂਡੈਂਟ, ਨਥਿੰਗ ਮੋਰ ਨਥਿੰਗ ਲੈਸ, ਧਿਆਨ ਰੱਖ। ਸੋ ਯੂ ਹੈਵ ਟੂ ਲਰਨ ਦਿਸ, ਹਾਊ ਯੂ ਕੈਨ ਬਿਕਮ ਗਾਡ ਵੈਨ ਯੂ ਹੈਵ ਟੇਕਨ ਬਰਥ ਔਨ ਦਿਸ ਅਰਥ, ਐਂਡ ਵਾਈਲ ਗਰੋਇੰਗ ਲਰਨ ਟੂ ਪ੍ਰੇਜ ਯੋਰ ਗਾਡ ਐਂਡ ਫੀਲ ਦੈਟ ਗਾਡ ਕਮਸ ਥਰੂ ਐਵਰੀ ਹਿਊਮਨ, ਥਰੂ ਯੋਰ ਪੇਰੈਂਟਸ, ਥਰੂ ਯੂ, ਥਰੂ ਯੋਰ ਫਰੈਂਡਸ,
ਧਿਆਨ ਰੱਖਣਾ, ਸਾਰਿਆਂ ਵਿੱਚੋਂ ਰੱਬ ਤੁਹਾਡੀ ਮਦਦ ਕਰਦਾ ਹੈ। ਕੌਣ ਮਦਦ ਕਰਦਾ? ਰੱਬ। ਜੇ ਤੁਹਾਨੂੰ ਮੰਮੀ ਪਾਪਾ ਕੁਛ ਦੇ ਰਹੇ ਨੇ, ਰੱਬ ਉਹਨਾਂ ਨੂੰ ਦੇ ਰਿਹਾ ਤਾਂ ਦੇ ਰਹੇ ਨੇ, ਹੈ ਨਾ। ਜੇ ਤੁਸੀਂ ਕਿਸੇ ਦੀ ਹੈਲਪ ਕਰੋਗੇ, ਰੱਬ ਤੁਹਾਨੂੰ ਦੇਗਾ ਤਾਂ ਤੁਸੀਂ ਹੈਲਪ ਕਰੋਗੇ। ਇਜ਼ਨਟ ਇਟ, ਗੱਲ ਸਮਝ ਆ ਰਹੀ ਹੈ ਨਾ। ਜੇ ਤੁਸੀਂ ਕਿਸੇ ਦੀ ਵੀ ਹੈਲਪ ਕਰੋਗੇ ਤਾਂ ਕਰ ਪਾਓਗੇ ਜੇ ਰੱਬ ਨੇ ਤੁਹਾਨੂੰ ਦਿੱਤਾ ਹੋਏਗਾ। ਸੋ ਰੱਬ ਤੁਹਾਡੇ ਵਿੱਚ ਵੱਸਦਾ ਹੈ, ਤੁਸੀਂ ਰੱਬ ਦੀ ਮੂਰਤ ਹੋ। ਕਿਹਦੀ ਮੂਰਤ ਹੋ? ਰੱਬ ਦੀ। ਕਹਿ ਦਿਓ ਮਨ ਤੂੰ, ਬੋਲੋ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗਮਾਨ। ਟਰਾਈ ਟੂ ਗਰੋ ਇਨ ਦਿਸ ਅੰਡਰਸਟੈਂਡਿੰਗ। ਤੁਹਾਨੂੰ ਲੱਗੇਗਾ ਕਿ ਰੱਬ ਤੁਹਾਡੇ ਨਾਲ ਹੈ, ਐਂਡ ਯੂ ਵਿਲ ਬੀ ਫੀਅਰਲੈਸ ਔਨ ਦਿਸ ਅਰਥ। ਰੱਬ ਇਜ਼ ਆਲਵੇਜ਼ ਵਿਦ ਯੂ। ਰੱਬ ਤੁਹਾਡੇ ਨਾਲ ਨੇ। ਜਿਹੜਾ ਤੁਹਾਡਾ ਮਾਇੰਡ ਹੈ, ਸਭ ਦੇ ਵਿੱਚ ਮਾਇੰਡ ਹੈਗਾ? ਕੈਨ ਯੂ ਸ਼ੋ ਮੀ ਦ ਮਾਇੰਡ? ਤੁਸੀਂ ਮਨ ਦਿਖਾ ਸਕਦੇ ਹੋ? ਨਹੀਂ ਦਿਖਾ ਸਕਦੇ, ਹੈ ਨਾ, ਨਹੀਂ ਦਿਖਾ ਸਕਦੇ। ਜੇ ਮਨ ਨਹੀਂ ਦਿਖਾ ਸਕਦੇ, ਤੁਸੀਂ ਰੱਬ ਨੂੰ ਆਪਣੇ ਸਰੀਰ ਵਿੱਚ ਕਿਵੇਂ ਦੇਖ ਸਕੋਗੇ? ਥਰੂ ਯੂਰ ਬਾਡੀ। ਆ ਜਿਹੜੀ ਤੁਹਾਡੀ ਬਾਡੀ ਹੈ, ਇਹ ਤੁਹਾਡੀ ਬਾਡੀ ਨਹੀਂ ਹੈ, ਇਹ ਰੱਬ ਦੀ ਬਾਡੀ ਹੈ। ਇਹ ਤੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਾਰੇ। ਇਹ ਸਭ ਰੂਪ, ਬੋਲੋ ਇਹ ਸਭ ਰੂਪ, ਬੋਲੋ ਇਹ ਤੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਾਰੇ। ਬੋਲੋ ਜੋ ਦੀਸੈ ਸੋ ਤੇਰਾ ਰੂਪ। ਗੱਲ ਸਮਝ ਆ ਰਹੀ ਹੈ ਨਾ, ਕਿ ਜੋ ਤੁਹਾਨੂੰ ਦਿੰਦਾ ਨਾ, ਇਹ ਰੱਬ ਦਾ ਰੂਪ ਹੈ। ਪਰ ਕੋਈ ਬੰਦਾ ਜਦੋਂ ਗਲਤ ਕੰਮ ਕਰਦਾ ਹੈ, ਕੌਣ ਕਰਦਾ ਗਲਤ ਕੰਮ ਤੁਹਾਨੂੰ ਪਤਾ? ਉਹ ਕਰਦਾ ਜਿਹੜਾ ਰੱਬ ਨੂੰ ਦੂਰ ਸਮਝਦਾ ਹੈ, ਜਿਹੜਾ ਸਮਝਦਾ ਮੈਨੂੰ ਕੌਣ ਦੇਖਦਾ, ਜਿਹੜਾ ਸਮਝਦਾ ਨਾ ਮੈਨੂੰ ਰੱਬ ਦੇਖਦਾ, ਉਹ ਕਿਸੇ ਦੀ ਚੋਰੀ ਨਹੀਂ ਕਰੇਗਾ। ਕਰੇਗਾ ਚੋਰੀ? ਨਹੀਂ। ਜੇ ਤੁਹਾਨੂੰ ਪਤਾ ਲੱਗ ਜਾਏ ਤੁਹਾਨੂੰ ਟੀਚਰ ਦੇਖ ਰਹੀ ਹੈ, ਕੈਨ ਯੂ ਡੂ ਅ ਥੈਫਟ? ਤੁਸੀਂ ਚੋਰੀ ਕਰ ਸਕਦੇ ਹੋ? ਕਰ ਸਕਦੇ ਹੋ? ਜੇ ਤੁਹਾਨੂੰ ਪਤਾ ਲੱਗੇ ਤਾਂ ਟੀਚਰ ਖੜੀ ਹੈ ਤੇ ਤੁਸੀਂ ਚੋਰੀ ਨਹੀਂ ਕਰ ਸਕਦੇ, ਨਹੀਂ ਕਰ ਸਕਦੇ। ਜੇ ਤੁਹਾਨੂੰ ਪਤਾ ਲੱਗੇ ਟੀਚਰ ਖੜੀ ਹੈ, ਤੁਸੀਂ ਸ਼ਰਾਰਤ ਨਹੀਂ ਕਰ ਸਕਦੇ, ਕਰ ਸਕਦੇ ਹੋ? ਨਹੀਂ ਕਰ ਸਕਦੇ। ਜੇ ਤੁਹਾਨੂੰ ਪਤਾ ਲੱਗ ਜਾਏ ਕਿ ਟੀਚਰ ਨੂੰ ਸਭ ਪਤਾ ਲੱਗ ਗਿਆ, ਤੇ ਤੁਸੀਂ ਝੂਠ ਨਹੀਂ ਬੋਲ ਸਕਦੇ, ਬੋਲ ਸਕਦੇ ਹੋ? ਨਹੀਂ ਬੋਲ ਸਕਦੇ। ਸਾਨੂੰ ਝੂਠ ਉਦੋਂ ਬੋਲਣ ਦਾ ਧਿਆਨ ਆਉਂਦਾ, ਚੋਰੀ ਉਦੋਂ ਕਰਦੇ ਹਾਂ ਅਸੀਂ, ਸ਼ਰਾਰਤ ਉਦੋਂ ਕਰਦੇ ਹਾਂ ਜਦੋਂ ਸਾਨੂੰ ਲੱਗਦਾ ਕੋਈ ਨਹੀਂ ਦੇਖਦਾ। ਹੁਣ ਆਰ ਯੂ ਕਲੀਅਰ? ਜੇ ਤੁਹਾਡੇ ਮਨ ਨੂੰ ਇਹ ਸਮਝ ਆ ਜਾਏ ਕਿ ਟੀਚਰ ਨਾ ਦੇਖੇ, ਮੰਮਾ ਨਾ ਦੇਖੇ, ਪਾਪਾ ਨਾ ਦੇਖਣ, ਕੋਈ ਦੁਨੀਆ ਦਾ ਬੰਦਾ ਨਾ ਦੇਖੇ, ਮੈਨੂੰ ਚਿੰਤਾ ਨਹੀਂ, ਰੱਬ ਦੇਖਦਾ। ਕੌਣ ਦੇਖਦਾ? ਕੌਣ ਦੇਖਦਾ? ਮੈਨੂੰ ਨਹੀਂ ਸਮਝ ਆਈ, ਫਿਰ ਬੋਲੋ ਕੌਣ ਦੇਖਦਾ? ਰੱਬ ਦੇਖਦਾ। ਉਹ ਬੰਦਾ ਝੂਠ ਨਹੀਂ ਬੋਲੇਗਾ, ਉਹ ਬੰਦਾ ਚੋਰੀ ਨਹੀਂ ਕਰੇਗਾ, ਉਹ ਬੰਦਾ ਕਿਸੇ ਦੇ ਨਾਲ ਸ਼ਰਾਰਤ ਨਹੀਂ ਕਰੇਗਾ, ਉਹ ਰੱਬ ਦੇ ਭੈ ਵਿੱਚ ਰਹੇਗਾ। ਕਿਹਦੇ ਭੈ ਵਿੱਚ ਰਹੇਗਾ? ਰੱਬ ਦੇ। ਸੋ ਅਸੀਂ ਇਹੀ ਉਮੀਦ ਰੱਖਦੇ ਹਾਂ ਕਿ ਸਾਰੇ ਬੱਚੇ ਜਿਹੜੀ ਭਾਸ਼ਾ ਤੁਸੀਂ ਬੋਲਦੇ ਹੋ ਬੋਲੋ,
ਚਾਹੇ ਤੁਸੀਂ ਹਿੰਦੀ ਬੋਲੋ, ਚਾਹੇ ਤੁਸੀਂ ਅੰਗਰੇਜ਼ੀ ਬੋਲੋ, ਚਾਹੇ ਤੁਸੀਂ ਪੰਜਾਬੀ ਬੋਲੋ, ਚਾਹੇ ਤੁਸੀਂ ਜੋ ਮਰਜ਼ੀ ਬੋਲੋ, ਯੂ ਸ਼ੁੱਡ ਨੋ ਇਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇਰ ਆਰ ਮੋਰ ਦੈਨ 17 ਲੈਂਗੁਏਜਸ. ਕਿੰਨੇ ਲੈਂਗੁਏਜਸ ਨੇ? 17 ਰਿਟਨ ਇਨ ਗੁਰਮੁਖੀ ਸਕ੍ਰਿਪਟ. ਆ ਜਿਹੜੀ ਸਕ੍ਰਿਪਟ ਹੈ ਨਾ, ਇਹ ਗੁਰਮੁਖੀ ਹੈ. ਕੀ ਇਹ ਹੈ? ਗੁਰਮੁਖੀ, ਵਿਚ ਵਾਜ ਰਿਟਨ ਬਾਏ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ. ਆਪਣੇ ਸ਼ਬਦ ਵਿੱਚ 432 ਅੰਗ ਦੇ ਉੱਤੇ ਲਿਖਿਆ ਹੈ. ਗੁਰੂ ਨਾਨਕ ਦੇਵ ਜੀ ਨੇ 35 ਲੈਟਰਸ ਲਿਖੇ. ਕਿੰਨੇ ਲਿਖੇ? ਪੰਜਾਬੀ ਦੇ ਤੁਹਾਡੇ ਕਿੰਨੇ ਲੈਟਰਸ ਨੇ? 35. ਉਹ ਗੁਰਮੁਖੀ ਦੇ ਲੈਟਰਸ ਨੇ. ਧਿਆਨ ਰੱਖਣਾ, ਦ ਪੀਪਲ ਹੇਅਰ ਇਨ ਪੰਜਾਬ ਦੇ ਐਕਸੈਪਟਡ ਗੁਰਮੁਖੀ ਐਸ ਪੰਜਾਬੀ, ਬਟ ਦ ਪੀਪਲ ਇਨ ਪਾਕਿਸਤਾਨ ਐਂਡ ਅਦਰ ਮੁਲਤਾਨ ਏਰੀਆਸ, ਦੋ ਦੇ ਸਪੀਕ ਬਿਊਟੀਫੁਲ ਪੰਜਾਬੀ, ਦੇ ਰਾਈਟ ਇਟ ਇਨ ਉਰਦੂ. ਕਿਹਦੇ 'ਚ ਲਿਖਦੇ ਨੇ ਉਹ? ਦੇਰ ਸਕ੍ਰਿਪਟ ਇਜ਼ ਨਾਟ ਪੰਜਾਬੀ, ਦੇਰ ਸਕ੍ਰਿਪਟ ਇਜ਼ ਉਰਦੂ. ਉਹ ਉਰਦੂ 'ਚ ਲਿਖਦੇ ਨੇ. ਉਹਨਾਂ ਨੇ ਪੰਜਾਬੀ ਨੂੰ, ਗੁਰਮੁਖੀ ਨੂੰ ਐਸ ਪੰਜਾਬੀ ਐਕਸੈਪਟ ਨਹੀਂ ਕੀਤਾ. ਧਿਆਨ ਰੱਖਣਾ, ਇੰਡੀਆ ਦੇ ਵਿੱਚ ਜਿਤਨੇ ਆਪਣੇ ਲੋਕ ਨੇ, ਉਹਨਾਂ ਨੇ ਇਸ ਪੰਜਾਬੀ ਨੂੰ ਗੁਰਮੁਖੀ ਦੇ ਲਿਪੀ ਵਿੱਚ ਐਕਸੈਪਟ ਕੀਤਾ. ਧਿਆਨ ਰੱਖ. ਸੋ ਮਹਾਰਾਜ ਨੇ, ਗੁਰੂ ਨਾਨਕ ਦੇਵ ਜੀ ਨੇ ਗੁਰਮੁਖੀ ਸਕ੍ਰਿਪਟ ਕ੍ਰੀਏਟ ਕੀਤੀ. ਉਸ ਵਿੱਚ ਜਿੰਨੇ ਭਗਤਾਂ ਦੀ ਬਾਣੀ ਸੀ ਅਦਰ ਲੈਂਗੁਏਜਸ ਵਿੱਚ, ਉਹਨਾਂ ਨੂੰ ਐਜ਼ ਇਟ ਇਜ਼ ਰੱਖਿਆ ਤਾਂ ਕਿ ਦੁਨੀਆ ਨੂੰ ਸਮਝ ਆ ਜਾਏ ਕਿ ਰੱਬ ਸਭ ਦੇ ਵਿੱਚੋਂ ਬੋਲਦੇ ਨੇ. ਕਿਹਦੇ ਵਿੱਚੋਂ ਬੋਲਦੇ ਨੇ? ਬੋਲੋ ਸਭ ਹੈ ਘੱਟ, ਬੋਲੋ ਸਭ ਹੈ ਘੱਟ, ਰਾਮ ਬੋਲੈ ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ. ਰੱਬ ਤੋਂ ਬਿਨਾ ਕੋਈ ਦੂਜਾ ਨਹੀਂ ਬੋਲ ਸਕਦਾ. ਚਾਹੇ ਤੁਹਾਡੀ ਮਾਮਾ ਬੋਲਣ, ਚਾਹੇ ਤੁਹਾਡੇ ਪਾਪਾ ਬੋਲਣ, ਚਾਹੇ ਤੁਹਾਡੇ ਫਰੈਂਡਸ ਬੋਲਣ, ਜੇ ਅੱਛੀ ਗੱਲ ਬੋਲਣ. ਕਿਹੜੀ ਗੱਲ ਬੋਲਣ? ਅੱਛੀ ਗੱਲ ਬੋਲਣ. ਕਹਿਣਾ ਰੱਬ ਬੋਲਦਾ. ਕੀ ਬੋਲਣ? ਕੀ ਸਮਝਣਾ? ਰੱਬ ਬੋਲ. ਅਤੇ ਜਦੋਂ ਤੁਸੀਂ ਕਿਸੇ ਦਾ ਚੰਗਾ ਕੰਮ ਕਰੋ, ਕਰਕੇ ਕਦੇ ਨਾ ਕਹੋ ਮੈਂ ਕੀਤਾ, ਕਹੋ ਮੇਰੇ ਮਾਲਕ ਨੇ ਕਿਰਪਾ ਕੀਤੀ ਤਾਂ ਹੋਇਆ. ਕੀ ਕਹਿਣਾ? ਮੇਰੇ ਮਾਲਕ ਨੇ ਕਿਰਪਾ ਕੀਤੀ ਤਾਂ ਹੋਇਆ. ਅਤੇ ਤੁਸੀਂ ਜੀਵਨ ਵਿੱਚ ਬਹੁਤ ਅੱਛੇ ਰਹੋਗੇ, ਕਿਸੇ ਦਾ ਮਾੜਾ ਨਹੀਂ ਕਰੋਗੇ, ਤੁਹਾਨੂੰ ਸਭ ਦੇ ਵਿੱਚ ਰੱਬ ਦਿਖੇਗਾ. ਜਿਹੜਾ ਵੀ ਬੱਚਾ ਤੁਹਾਡਾ ਅੱਛਾ ਕੰਮ ਕਰਕੇ ਤੁਹਾਨੂੰ ਆ ਕੇ ਕਹਿੰਦਾ ਮੈਂ ਕੀਤਾ, ਜਸਟ ਵਾਂਟ ਹਿਮ, ਉਹਨੂੰ ਦੱਸ ਦਿਓ ਇਟਸ ਨਾਟ ਯੂ ਹੈਵ ਡਨ, ਇਟਸ ਬੀਨ ਡਨ ਬਾਏ ਦਾ ਗਾਡਸ ਗ੍ਰੇਸ. ਕਿਹਦੀ ਕਿਰਪਾ ਨਾਲ ਹੋਇਆ? ਰੱਬ ਦੀ ਕਿਰਪਾ ਨਾਲ ਹੋਇਆ. ਉਹਨੂੰ ਦੱਸੋ, ਚਾਹੇ ਤੁਹਾਡਾ ਫਰੈਂਡ ਹੈ, ਚਾਹੇ ਤੁਹਾਡੀ ਮਾਮਾ ਹੈ, ਚਾਹੇ ਤੁਹਾਡੇ ਪਾਪਾ ਹੈ, ਚਾਹੇ ਤੁਹਾਡੇ ਟੀਚਰ ਨੇ, ਕੋਈ ਵੀ ਹੈ, ਜਿਹੜਾ ਵੀ ਕਹਿੰਦਾ ਮੈਂ ਕਰਤਾ, ਟੈਲ ਦੈਮ ਯੂ ਡਿਡਨਟ ਡੂ ਇਟ, ਇਟਸ ਅ ਗਾਡਸ ਗ੍ਰੇਸ ਯੂ ਹੈਵ ਡਨ ਇਟ, ਇਟਸ ਬਾਏ ਦਾ ਗਾਡਸ ਗ੍ਰੇਸ ਯੂ ਹੈਵ ਡਨ ਇਟ. ਜੇ ਤੁਸੀਂ ਕੋਈ ਚੰਗਾ ਕੰਮ ਕੀਤਾ ਹੈ, ਰੱਬ ਦੀ ਕਿਰਪਾ ਨਾਲ ਕੀਤਾ, ਬਿਕੋਜ਼ ਗਾਡ ਇਜ਼ ਦੇਰ ਵਿਦ ਇਨ ਯੂ, ਆਈ ਸੀ ਗਾਡ ਦੇਰ ਵਿਦ ਇਨ ਯੂ. ਧਿਆਨ, ਐਸਾ ਜੀਵਨ 'ਚ ਦੇਖਣਾ, ਇੰਨੀ ਅੱਖੀ ਨਜ਼ਰ ਨਾ ਆਵੇ ਜਿਸ 'ਚ ਸ਼ਬਦ ਨਾ ਕਰੇ ਵਿਚਾਰ. ਇਹ ਅੱਖਾਂ ਨਾਲ ਉਦੋਂ ਤੱਕ ਸਭ ਦੇ ਵਿੱਚ ਰੱਬ ਨਹੀਂ ਦਿਖੇਗਾ ਜਦੋਂ ਤੱਕ ਸਾਡੇ ਮਨ ਨੂੰ ਇਹ ਅੰਡਰਸਟੈਂਡਿੰਗ ਨਹੀਂ ਹੋਏਗੀ. ਸੋ ਇਸ ਅੰਡਰਸਟੈਂਡਿੰਗ ਨਾਲ ਆਪਣੇ ਆਪ ਨੂੰ ਗਰੋਥ ਲਓ. ਤੁਸੀਂ ਸਵੈਮ ਰੱਬ ਦੀ ਮੂਰਤ ਬਣੋ, ਕਿਸੇ ਮੂਰਤੀ ਦੀ ਪੂਜਾ ਨਾ ਕਰੋ. ਤੁਸੀਂ ਇਸ ਗਿਆਨ ਨੂੰ ਲੈ ਕੇ ਰੱਬ ਦਾ ਆਪਣਾ ਸਰੂਪ ਬਣਾਓ ਅਤੇ ਜਿਉਂਦੇ ਮੁਕਤ ਹੋਵੋ. ਐਸਾ ਗਿਆਨ ਗੁਰੂ ਨਾਨਕ ਦੇ ਘਰ ਵਿੱਚ ਸਾਰੇ ਭਗਤਾਂ ਨੇ ਦਿੱਤਾ, ਸਾਰੇ ਮਹਾਂਪੁਰਸ਼ਾਂ ਨੇ ਦਿੱਤਾ. ਇਹ ਐਸਾ ਗ੍ਰੰਥ ਕਿਤੇ ਤੁਹਾਨੂੰ ਲੱਭਣਾ ਨਹੀਂ ਜਿਹਦੇ ਵਿੱਚ 15 ਭਗਤ ਹੋਣ ਅਤੇ 11 ਭੱਟ ਹੋਣ ਅਤੇ ਟੋਟਲ 36 ਪਰਸਨੈਲਿਟੀਜ਼ ਨੇ. ਕਿੰਨੇ ਪਰਸਨੈਲਿਟੀਜ਼ ਨੇ?
36 36 ਮਹਾਪੁਰਖਾਂ ਦੀ ਬਾਣੀ ਹੈ ਜਿਹਨੂੰ ਅ ਲਰਨਰ ਅ ਸਿੱਖ ਲਰਨ ਕਰਦਾ ਹੈ ਅਤੇ ਮੱਥਾ ਟੇਕਦਾ ਹੈ। ਯੂ ਨੋ ਯੂ ਸ਼ੁੱਡ ਬੀ ਬਿਊਟੀਫੁਲੀ ਐਡੂਕੇਟਿੰਗ ਯੋਰ ਸੈਲਫ। ਦਾਸ ਤੁਹਾਡੇ ਮੂਹਰੇ ਖੜ੍ਹਾ, ਮੈਂ ਦਾਸ ਨੇ ਪਹਿਲਾਂ ਤਾਂ ਬੀ ਐੱਸ ਸੀ ਕੀਤੀ, ਕੀ ਕੀਤੀ ਗ੍ਰੈਜੂਏਸ਼ਨ ਬੀ ਐੱਸ ਸੀ ਧਿਆਨ ਰੱਖਣਾ, ਦੈਨ ਆਈ ਡਿਡ ਮਾਈ ਐੱਮ ਏ, ਦੈਨ ਆਈ ਡਿਡ ਮਾਈ ਐੱਲ ਐੱਲ ਬੀ, ਦੈਨ ਆਈ ਡਿਡ ਮਾਈ ਐੱਲ ਐੱਲ ਐੱਮ, ਈਵਨ ਨਾਓ ਆਈ ਐਮ ਸਟੱਡਿੰਗ। ਮੈਂ ਇਸ ਵੇਲੇ ਤੁਹਾਡੇ ਮੂਹਰੇ ਜਿਹੜਾ ਖੜ੍ਹਾ ਨਾ, ਆਈ ਐਮ 58 ਈਅਰਸ ਓਲਡ, ਬੁੱਢਾ ਹੋ ਗਿਆ ਹੁਣ ਤਾਂ, ਬਟ ਸਟਿਲ ਆਈ ਐਮ ਡੂਇੰਗ ਮਾਈ ਪੀ ਐੱਚ ਡੀ ਇਨ ਲਾਅ। ਜੀਵਨ 'ਚ ਪੜ੍ਹਦੇ ਰਹੋ ਪਰ ਆਪਣੇ ਰੱਬ ਤੋਂ ਟੁੱਟੋ ਨਹੀਂ। ਆਰ ਯੂ ਗੈਟਿੰਗ ਮਾਈ ਪੁਆਇੰਟ? ਅੱਛੇ ਸਟੇਟਸ ਨੂੰ ਡਿਵੈਲਪ ਕਰੋ, ਆਪਣੇ ਪੈਰਾਂ 'ਤੇ ਖੜੋ, ਹੰਕਾਰ ਨਾ ਕਰੋ। ਹੰਕਾਰ ਉਹਨੂੰ ਕਹਿੰਦੇ ਨੇ ਜਦੋਂ ਤੁਸੀਂ ਅੱਛਾ ਕੰਮ ਕਰਕੇ ਕਹਿੰਦੇ ਹੋ ਮੈਂ ਕੀਤਾ, ਦੈਟ ਇਜ਼ ਈਗੋ। ਵਾਟ ਇਜ਼ ਦੈਟ ਈਗੋ? ਬੀ ਅਵੇ ਫਰੋਮ ਇਟ, ਈਗੋ ਹਰਟਸ। ਜੇ ਤੁਹਾਡਾ ਫਰੈਂਡ ਵੀ ਈਗੋਇਸਟਿਕ ਹੋਏ ਤੁਹਾਨੂੰ ਗੱਲ ਕਰਨ ਨੂੰ ਜੀ ਨਹੀਂ ਕਰੇਗਾ, ਧਿਆਨ ਰੱਖਣਾ। ਜੇ ਤੁਹਾਡੇ ਮਾਤਾ ਪਿਤਾ ਵੀ ਈਗੋਇਸਟਿਕ ਹੋਣਗੇ ਤੁਹਾਡਾ ਮਨ ਨਹੀਂ ਕਰੇਗਾ ਗੱਲ ਕਰਨ ਨੂੰ, ਯਾਦ ਰੱਖਣਾ। ਸੋ ਹੰਕਾਰੀ ਨਹੀਂ ਹੋਣਾ, ਆਪਣੇ ਰੱਬ ਦੇ ਕੀਤੇ ਨੂੰ ਰੱਬ ਦਾ ਕੀਤਾ ਆਪਣੇ ਵਿੱਚੋਂ ਕਹਿ ਕੇ ਐਕਸਪ੍ਰੈਸ ਕਰਕੇ ਆਪਣੇ ਆਪ ਨੂੰ ਹੰਬਲ ਰੱਖਣਾ, ਹਿਊਮਿਲਿਟੀ ਰੱਖਣੀ ਆਪਣੇ ਵਿੱਚ, ਅਤੇ ਦੁਨੀਆ ਵਿੱਚ ਪੜ੍ਹਦੇ ਰਹਿਣਾ, ਅੱਛੇ ਅਹੁਦੇ 'ਤੇ ਪਹੁੰਚਣਾ। ਦੈਟ ਸ਼ੁੱਡ ਬੀ ਆਰ ਗੋਲ, ਟੂ ਬੀ ਵਿਦ ਗਾਡ ਐਂਡ ਗਾਡਲੀ ਔਨ ਦਿਸ ਅਰਥ। ਗੱਲ ਸਮਝ ਆ ਰਹੀ ਹੈ ਜੀ? ਹਰ ਬੱਚੇ ਨੇ ਰੱਬ ਵਰਗਾ ਹੋਣਾ, ਹਰ ਬੱਚੇ ਨੇ ਅੱਛੇ ਤੋਂ ਅੱਛੇ ਅਹੁਦੇ 'ਤੇ ਜਾਣਾ, ਅੱਛੇ ਤੋਂ ਅੱਛੇ ਤੁਹਾਨੂੰ ਜੀਵਨ ਦੇ ਵਿੱਚ ਮੂਵਮੈਂਟ ਮਿਲਣੇ ਚਾਹੀਦੇ ਨੇ। ਤੁਸੀਂ ਆਈ ਏ ਐੱਸ ਹੋਣੇ ਚਾਹੀਦੇ ਹੋ, ਤੁਸੀਂ ਆਈ ਪੀ ਐੱਸ ਹੋਣੇ ਚਾਹੀਦੇ ਹੋ, ਤੁਸੀਂ ਆਈ ਐੱਫ ਐੱਸ ਹੋਣੇ ਚਾਹੀਦੇ ਹੋ, ਤੁਸੀਂ ਡਿਪਲੋਮੈਟਸ ਹੋਣੇ ਚਾਹੀਦੇ ਹੋ, ਤੁਸੀਂ ਡਾਕਟਰਸ ਹੋਣੇ ਚਾਹੀਦੇ ਹੋ, ਤੁਸੀਂ ਇੰਜੀਨੀਅਰਸ ਹੋਣੇ ਚਾਹੀਦੇ ਹੋ, ਪਰ ਰੱਬ ਵਰਗੇ ਹੋਣੇ ਚਾਹੀਦੇ ਹੋ। ਕੈਸੇ ਹੋਣੇ ਚਾਹੀਦੇ ਹੋ? ਰੱਬ ਵਰਗੇ। ਸੋ ਇਤਨੇ ਬਚਨ ਸੰਭਾਲਿਓ। ਸਾਰੇ ਬੱਚਿਆਂ ਦਾ ਅਤੇ ਟੀਚਰਾਂ ਦਾ ਬਹੁਤ ਬਹੁਤ ਧੰਨਵਾਦ। ਇਸ